ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੀਵੀ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ 31 ਤੋਂ ਲੈ ਕੇ 32 ਡਿਗਰੀ ਤੱਕ ਟੈਂਪਰੇਚਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਵਕਤ ਲੁਧਿਆਣੇ ਵਿੱਚ ਜਿੰਨੀ ਗਰਮੀ ਪੈ ਰਹੀ ਹੈ, ਯਾਨੀ ਕਿ ਮਾਰਚ ਦੇ ਆਖਰੀ ਦਿਨਾਂ ਦੇ ਵਿੱਚ ਜਿੰਨੀ ਗਰਮੀ ਪੈ ਰਹੀ ਹੈ, ਇਹਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜਿਆ ਹੋਇਆ। ਅਤੇ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ ਸਮੇਂ ਦੇ ਵਿੱਚ, ਯਾਨੀ ਕਿ ਮਈ ਜੂਨ ਦੇ ਵਿੱਚ ਐਤਕੀ ਰਿਕਾਰਡ ਤੋੜ ਗਰਮੀ ਪੈਣੀ ਹੈ। ਸੋ ਇਸ ਕਰਕੇ ਕੁਝ ਕੀਤਾ ਨਹੀਂ ਜਾ ਸਕਦਾ ਮੌਕੇ ਦੇ ਉੱਤੇ, ਕਿਉਂਕਿ ਅਸੀਂ ਵਾਤਾਵਰਨ ਦੇ ਵਿੱਚ ਜਿਹੜੇ ਵਿਗਾੜ ਪੈਦਾ ਕੀਤੇ ਆ, ਅਸੀਂ ਧਰਤੀ ਰੁੱਖਾਂ ਤੋਂ ਸੱਖਣੀ ਕਰਦੇ ਜਾ ਰਹੇ ਹਾਂ, ਕੁਦਰਤ ਦੇ ਸੋਮਿਆਂ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ, ਅਤੇ ਆਉਂਦੇ ਸਮੇਂ ਦੇ ਵਿੱਚ ਸਾਡਾ ਤਪਣਾ ਕੁਦਰਤੀ ਆ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। 3-4 ਮਹੱਤਵਪੂਰਨ ਖਬਰਾਂ ਆਈਆਂ ਜਿਹੜੀਆਂ ਕਿ ਇਸ ਵਕਤ ਬੜਾ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀਆਂ। ਲੰਘੇ ਕੱਲ੍ਹ ਅਸ਼ਵਨੀ ਸ਼ਰਮਾ ਜਿਹੜੇ ਕਿ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਆ, ਉਹਨਾਂ ਦੀ ਅਗਵਾਈ ਦੇ ਵਿੱਚ ਲੁਧਿਆਣੇ ਦੇ ਵਿੱਚ ਬੀਜੇਪੀ ਆਗੂਆਂ ਦੀ ਇੱਕ ਮੀਟਿੰਗ ਹੋਈ ਹੈ। ਇਹਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਖਾਸੇ ਪ੍ਰਬੰਧ ਕੀਤੇ ਗਏ ਸੀ। ਇਹ ਵੀ ਪਤਾ ਲੱਗਾ ਜੀ ਉੱਥੇ ਪੈਰਾਮਿਲਟਰੀ ਫੋਰਸ ਦੀ ਟੁਕੜੀ ਵੀ ਲਾਈ ਗਈ ਸੀ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਪਰ ਇਹ ਵੀ ਪਤਾ ਲੱਗਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ 3-ਮੈਂਬਰੀ ਕਮੇਟੀ ਬਣਾਈ ਗਈ ਸੀ ਕਿਸਾਨ ਮਸਲੇ ਦੇ ਉੱਤੇ, ਖੇਤੀ ਕਾਨੂੰਨ ਦੇ ਮਾਮਲੇ ਦੇ ਉੱਤੇ, ਜਿਹਦੇ ਵਿੱਚੋਂ ਇੱਕ ਜਣੇ ਨੇ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਸੀਗਾ ਅਤੇ ਉਸ ਤੋਂ ਬਾਅਦ ਇੱਕ ਹੋਰ ਜਣੇ ਨੂੰ ਵਿੱਚ ਰਲਾ ਕੇ ਅਤੇ 3 ਜਣਿਆਂ ਦੀ ਕਮੇਟੀ ਮਾਹਿਰਾਂ ਦੀ ਬਣਾਈ ਗਈ ਸੀ। ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਕਮੇਟੀ ਦਾ ਹਿੱਸਾ ਨਹੀਂ ਬਣਨਾ, ਸਾਨੂੰ ਇਹਨਾਂ ਕਮੇਟੀਆਂ ਦੇ ਉੱਤੇ ਕੋਈ ਯਕੀਨ ਨਹੀਂ। ਇਸ ਕਮੇਟੀ ਵਿਚਲੇ ਮੈਂਬਰ ਤਾਂ ਜਿਹੜੇ ਆ ਉਹ ਵੱਖ ਵੱਖ ਅਖਬਾਰਾਂ ਦੇ ਵਿੱਚ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਲੇਖ ਲਿਖਦੇ ਰਹੇ ਆ। ਇਹਨਾਂ ਦੇ ਵੱਲੋਂ ਸਮੇਂ ਦੇ ਉੱਤੇ ਬਿਆਨ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਦਿੱਤੇ ਗਏ ਆ। ਜਿਹੜੇ ਸਰਕਾਰ ਦੀ ਬੋਲੀ ਬੋਲਣ ਵਾਲੇ ਲੋਕ ਹੈ ਉਹ ਕਿਸ ਤਰੀਕੇ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਖੇਤੀ ਕਾਨੂੰਨ ਦੇ ਮੁਤਲਕ ਆਪਣੀ ਪੜਤਾਲੀਆ ਰਿਪੋਰਟ ਦੇ ਸਕਣਗੇ, ਇਹਦੇ ਬਾਬਤ ਕਿਸਾਨਾਂ ਨੇ ਕਈ ਵਾਰ ਗੱਲ ਕੀਤੀ ਹੈ। ਪਰ ਉਸ 3-ਮੈਂਬਰੀ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਚੁੱਪ ਚਪੀਤੇ ਆਪਣੀ ਰਿਪੋਰਟ ਆ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਫੈਸਲਾ ਆਊਗਾ ਕੁਝ ਆਪਾਂ ਕਹਿ ਨਹੀਂ ਸਕਦੇ, ਪਰ ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਵਾਇਆ ਅਦਾਲਤ ਕੇਂਦਰ ਦੀ ਸਰਕਾਰ ਦੇ ਵੱਲੋਂ ਬਹੁਤ ਕੁਝ ਪਰਦੇ ਪਿੱਛੋਂ ਕੀਤਾ ਜਾ ਰਿਹਾ ਜਿਹੜਾ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਨੁਕਸਾਨ ਪਹੁੰਚਾਉਣ ਵਾਲਾ ਹੋ ਸਕਦਾ। ਪਰ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ, ਬੇਸ਼ੱਕ ਤੁਸੀਂ ਪਿੱਠ ਪਿੱਛੇ ਵਾਰ ਕਰਦੇ ਰਹੋ, ਬੇਸ਼ੱਕ ਤੁਸੀਂ ਕਮੇਟੀਆਂ ਦੇ ਨਾਂ ਦੇ ਉੱਤੇ ਕਿਸਾਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰੋ, ਪਰ ਅਸੀਂ ਕਿਤੇ ਵੀ ਜਾਣ ਵਾਲੇ ਨਹੀਂ। ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਹੋਰ ਸੰਘਰਸ਼ ਤਿੱਖਾ ਕਰ ਰਹੇ ਹਾਂ। 5 ਅਪ੍ਰੈਲ ਤੋਂ ਬਾਅਦ ਜਿਹੜਾ ਇਹ ਕਿਸਾਨ ਅੰਦੋਲਨ ਆ ਇਹਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਕੀਤੀ ਗਈ ਹੈ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨ ਸੰਘਰਸ਼ ਜੇਕਰ ਤਿੱਖਾ ਹੁੰਦਾ ਤਾਂ ਬੀਜੇਪੀ ਦੀ ਕਿੰਨੀ ਕੁ ਵੱਡੀ ਮੁਸ਼ਕਲ ਵੱਧਦੀ ਹੈ, ਇਹਦੇ ਬਾਬਤ ਆਉਣ ਵਾਲਾ ਵਕਤ ਬਿਆਨ ਕਰੂਗਾ। ਪਰ ਇੱਕ ਹੋਰ ਜਾਣਕਾਰੀ ਹੈ, ਇੱਕ ਔਰਤ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ। ਉਹਨੇ ਇਹ ਗੱਲ ਕਹੀ ਹੈ ਜੀ ਕਿ ਸੜਕਾਂ ਦੇ ਉੱਤੇ ਕਿਸਾਨ ਬੈਠੇ ਆ ਜਿਹਦੇ ਕਰਕੇ ਜਿਹੜਾ ਮੇਰਾ 20 ਮਿੰਟ ਦਾ ਰਸਤਾ ਉਹ 2 ਘੰਟੇ ਦਾ ਬਣ ਜਾਂਦਾ ਕਿਉਂਕਿ ਮੈਨੂੰ ਵੜ ਕੇ ਜਾਣਾ ਪੈਂਦਾ। ਇਸ ਕਰਕੇ ਕਿਸਾਨਾਂ ਨੂੰ ਇੱਥੋਂ ਉਠਾਇਆ ਜਾਵੇ ਅਤੇ ਪਤਾ ਲੱਗਾ ਕਿ ਦਿੱਲੀ ਦੀ ਪੁਲਿਸ ਨੂੰ ਅਤੇ ਕੇਂਦਰ ਦੀ ਸਰਕਾਰ ਨੂੰ ਮਾਣਯੋਗ ਅਦਾਲਤ ਦੇ ਵੱਲੋਂ ਚਿੱਠੀ ਕੱਢੀ ਗਈ ਹੈ, ਨੋਟਿਸ ਕੱਢਿਆ ਗਿਆ ਵੀ ਇਸ ਮਾਮਲੇ ਦੇ ਉੱਤੇ ਵਿਚਾਰ ਕਰੋ ਕਿਉਂਕਿ ਕਿਸਾਨ ਸੜਕਾਂ ਦੇ ਉੱਤੇ ਬੈਠੇ ਆ, ਇਹਦੇ ਕਰਕੇ ਖੱਜਲ ਖੁਆਰੀ ਬਹੁਤ ਹੋ ਰਹੀ ਹੈ। ਉਸ ਔਰਤ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਉੱਤੇ ਇੰਨੇ ਕਾਲੇ ਕਦਮੀ ਕਿਹੜੀ ਗੱਲੋਂ ਚਰਚਾ ਕੀਤੀ ਜਾ ਰਹੀ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ, ਮਾਣਯੋਗ ਹੋਰ ਅਦਾਲਤਾਂ ਦੇ ਵੱਲੋਂ ਕਿਹੜੇ ਕਾਰਨਾਂ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਕਿਸਾਨ ਅੰਦੋਲਨ ਨੂੰ ਸੱਟ ਮਾਰਨੀ ਚਾਹੁੰਦੇ ਆ, ਕੀ ਇਸ ਮਸਲੇ ਦਾ ਕੋਈ ਹੱਲ ਕੱਢਣਾ ਚਾਹੁੰਦੇ ਆ। ਕੁਝ ਕੁ ਲੋਕਾਂ ਦਾ ਕਹਿਣਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਰਾਹੀਂ ਬਹੁਤ ਕੁਝ ਕੀਤਾ ਜਾ ਸਕਦਾ, ਪਰ ਕਿਸਾਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਭਾਵੇਂ ਕੁਝ ਵੀ ਹੋ ਜੇ, ਜਾਂ ਅਸੀਂ ਮਰ ਕੇ ਜਾਵਾਂਗੇ ਜਾਂ ਅਸੀਂ ਜਿੱਤ ਕੇ ਆਵਾਂਗੇ, ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਜਾਂਦੇ ਨਹੀਂ। ਪਰ ਕੇਂਦਰ ਦੀ ਸਰਕਾਰ ਫਿਰ ਇਹ ਗੱਲ ਕਹਿ ਰਹੀ ਹੈ, ਖਾਸ ਕਰਕੇ ਲੰਘੇ ਕੱਲ੍ਹ ਹਰਿਆਣੇ ਦੇ ਕੁਝ ਮੰਤਰੀਆਂ ਨੇ, ਪੰਜਾਬ ਦੇ ਬੀਜੇਪੀ ਨੇਤਾਵਾਂ ਨੇ, ਕੇਂਦਰ ਦੇ ਕਈ ਮੰਤਰੀਆਂ ਨੇ ਗੱਲ ਕਹੀ ਹੈ ਕਿ ਖੇਤੀ ਕਾਨੂੰਨ ਆਪਣੀ ਥਾਂ ਦੇ ਉੱਤੇ ਵਾਜਬ ਹੈ, ਇਹਨਾਂ ਨੂੰ ਲਾਗੂ ਕਰਨਾ, ਬਹੁਤ ਜਲਦ ਲਾਗੂ ਕਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਤੇ ਜੇਕਰ ਇਹ ਲਾਗੂ ਨਾ ਕੀਤੇ ਤਾਂ ਖੇਤੀਬਾੜੀ ਨਾਲ ਜੁੜੇ ਹੋਏ ਕੰਮਕਾਜੀ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਣਾ। ਪ੍ਰਧਾਨ ਮੰਤਰੀ ਖੁਦ ਇਹ ਗੱਲ ਕਹੀ ਜਾਂਦੇ ਆ ਕਿ ਆਮਦਨ ਦੁੱਗਣੀ ਕਰਨੇ ਕੇ ਲੀਏ ਹਮਨੇ ਜੇ ਸਾਰਾ ਕੁਝ ਕੀਆ, ਪਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਤੁਸੀਂ ਆਮਦਨ ਦੁੱਗਣੀ ਇਹ ਸਮਝਦੇ ਆ ਵੀ ਸਾਡੇ ਖੇਤਾਂ ਦੇ ਵਿੱਚ ਅੰਬਾਨੀਆਂ ਅਤੇ ਅਡਾਨੀਆਂ ਦੇ ਟਰੈਕਟਰ ਘੂਕਾਂ ਪਾਉਣ, ਇੱਦਾਂ ਅਸੀਂ ਹੋਣ ਨਹੀਂ ਦੇਣਾ, ਸਾਨੂੰ ਸਾਡੀ ਪਹਿਲੀ ਆਮਦਨ ਦੇ ਉੱਤੇ ਜਿਹੜਾ ਉਹ ਗੁਜ਼ਾਰਾ ਕਰਨਾ ਆਉਂਦਾ, ਤੁਸੀਂ ਇੰਨਾ ਫਿਕਰ ਨਾ ਕਰੋ, ਦੇਸ਼ ਦੇ ਬਾਕੀ ਹਿੱਸਿਆਂ ਦਾ ਫਿਕਰ ਕਰ ਲਓ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ 3 ਮੈਂਬਰੀ ਮਾਹਰ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫਾਫੇ ਦੇ ਵਿੱਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੂੰ ਇਹ ਰਿਪੋਰਟ 19 ਮਾਰਚ ਨੂੰ ਹੀ ਸੌਂਪ ਦਿੱਤੀ ਗਈ ਸੀ। ਇਸ ਰਿਪੋਰਟ ਦੇ ਵਿੱਚ ਸੰਸਦ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੀ ਸਮੀਖਿਆ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਮਾਹਰ ਕਮੇਟੀ ਛੇਤੀ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਮੁਤਲਕ ਜਾਣਕਾਰੀ ਜਨਤਕ ਕਰੇਗੀ। ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਕਮੇਟੀ ਦਾ ਗਠਨ ਕੀਤਾ ਸੀ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਇਸ ਕਮੇਟੀ ਦੇ ਵਿੱਚ ਖੇਤੀ ਮਾਹਰ ਅਨਿਲ ਕਨਵੰਤ, ਖੇਤੀ ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਸ਼ਾਮਿਲ ਨੇ। ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ, ਪਰ ਉਹਨਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਨਾਂ ਨੂੰ ਕੁਝ ਘਰੇਲੂ ਅਤੇ ਪਰਿਵਾਰਕ ਕਾਰਨਾਂ ਦੇ ਕਰਕੇ ਵਾਪਸ ਲੈ ਰਹੇ ਨੇ, ਜਿਸ ਤੋਂ ਬਾਅਦ ਇਹ 3 ਮੈਂਬਰੀ ਕਮੇਟੀ ਦੇ ਵਿੱਚ ਇੱਕ ਨਾਂ ਹੋਰ ਸ਼ਾਮਿਲ ਹੋਇਆ। ਦਰਅਸਲ ਸੁਪਰੀਮ ਕੋਰਟ ਨੇ ਇਸ ਕਮੇਟੀ ਦਾ ਗਠਨ ਇਸ ਲਈ ਕੀਤਾ ਤਾਂ ਜੋ ਤਿੰਨੋਂ ਖੇਤੀ ਕਾਨੂੰਨਾਂ ਬਾਰੇ ਨਿਰਪੱਖ ਰਾਏ ਲਈ ਜਾ ਸਕੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਬੋਬੜੇ ਨੇ ਕਿਹਾ ਸੀ ਕਿ ਅਦਾਲਤ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੇ ਬਗੈਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਨਿਰਪੱਖ ਰਾਏ ਚਾਹੁੰਦੀ ਹੈ। ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਵੱਖ ਵੱਖ ਹੱਦਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ MSP ਦੇ ਉੱਤੇ ਕਾਨੂੰਨ ਬਣਾਏ ਜਾਣ ਦੀ ਮੰਗ ਦੇ ਉੱਤੇ ਲਗਾਤਾਰ ਡਟੇ ਹੋਏ ਨੇ। ਇਸੇ ਤਰੀਕੇ ਦੇ ਨਾਲ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਨੋਇਡਾ ਦੀ ਇੱਕ ਔਰਤ ਦੇ ਵੱਲੋਂ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਗਈ ਹੈ ਕਿ ਸੜਕਾਂ ਨੂੰ ਖਾਲੀ ਕਰਵਾਇਆ ਜਾਵੇ। ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਅਤੇ ਕੇਂਦਰ ਦੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉੱਤਰ ਮੰਗਿਆ ਗਿਆ। ਨਾਲ ਹੀ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਨੋਇਡਾ ਤੋਂ ਦਿੱਲੀ ਵਿਚਕਾਰ ਸੜਕ ਨੂੰ ਖਾਲੀ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ਜਾਣ ਦੇ ਵਿੱਚ ਮੁਸ਼ਕਲ ਨਾ ਆਵੇ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਦੇ ਵਿੱਚ ਦੇਸ਼ ਭਰ ਦੇ ਕਿਸਾਨ ਰਾਜਧਾਨੀ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਹੋਏ ਨੇ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਮੋਨਿਕਾ ਅਗਰਵਾਲ ਦੀ ਅਪੀਲ ਦੇ ਉੱਤੇ ਕੇਂਦਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ। ਆਪਣੀ ਪਟੀਸ਼ਨ ਦੇ ਵਿੱਚ ਮੋਨਿਕਾ ਨੇ ਸੁਪਰੀਮ ਕੋਰਟ ਨੂੰ ਰਸਤਾ ਖੁਲਵਾਉਣ ਦੀ ਅਪੀਲ ਕਰਦਿਆਂ ਕਿਹਾ ਕੋਈ ਨੋਇਡਾ ਤੋਂ ਦਿੱਲੀ ਤੱਕ ਜਾਣ ਦੇ ਲਈ 20 ਮਿੰਟ ਲੱਗਦੇ ਸਨ, ਪਰ ਹੁਣ ਰਸਤਾ ਬੰਦ ਹੋਣ ਦੇ ਕਰਕੇ ਇਹ ਸਫ਼ਰ ਤੈਅ ਕਰਨ ਦੇ ਵਿੱਚ 2 ਘੰਟੇ ਲੱਗ ਜਾਂਦੇ ਨੇ। ਮੋਨਿਕਾ ਨੇ ਕਿਹਾ ਕਿ ਉਹ ਸਿੰਗਲ ਪੇਰੈਂਟਸ ਹੋਣ ਦੇ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਨੇ। ਅਜਿਹੀ ਸਥਿਤੀ ਦੇ ਵਿੱਚ ਨੋਇਡਾ ਤੋਂ ਦਿੱਲੀ ਜਾਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਨੋਇਡਾ ਦੇ ਵਿੱਚ ਰਹਿੰਦੀ ਹੈ ਅਤੇ ਇੱਥੇ ਕੰਮ ਕਰਦੀ ਹੈ, ਪਰ ਉਸ ਦੀ ਨੌਕਰੀ ਮਾਰਕੀਟਿੰਗ ਦੀ ਹੈ ਜਿਸ ਕਰਕੇ ਅਕਸਰ ਉਹਨੂੰ ਦਿੱਲੀ ਜਾਣਾ ਪੈਂਦਾ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਵੱਲੋਂ ਸੜਕ ਨੂੰ ਕਲੀਅਰ ਰੱਖਣ ਦੇ ਦਿੱਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਸੜਕਾਂ ਅਜੇ ਵੀ ਬੰਦ ਨੇ, ਜਿਸ ਕਰਕੇ ਉਸ ਵਰਗੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪ੍ਰਬੰਧਕੀ ਅਸਫਲਤਾ ਹੈ ਕਿਉਂਕਿ ਅਦਾਲਤ ਪਹਿਲਾਂ ਹੀ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹਦੇ ਬਾਰੇ ਆਦੇਸ਼ ਦੇ ਚੁੱਕੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਸੜਕ ਨੂੰ ਖਾਲੀ ਕਰਾਉਣਾ ਯਕੀਨੀ ਬਣਾਇਆ ਜਾਵੇ। ਕੇਸ ਦੀ ਅਗਲੀ ਸੁਣਵਾਈ 9 ਅਪ੍ਰੈਲ ਦੇ ਉੱਤੇ ਪਾ ਦਿੱਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਇਹ 2 ਵੱਡੀਆਂ ਖਬਰਾਂ ਸਾਹਮਣੇ ਆਈਆਂ ਕਿ ਇੱਕ ਤਾਂ 3 ਮੈਂਬਰੀ ਕਮੇਟੀ ਦੇ ਵੱਲੋਂ ਚੁੱਪ ਚਪੀਤੇ ਆਪਣੀ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ। ਇਹਦੇ ਬਾਬਤ ਹੁਣ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਕੀ ਫੈਸਲਾ ਕੀਤਾ ਜਾਊਗਾ, ਕਿਉਂਕਿ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਦੋਵਾਂ ਧਿਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਫੈਸਲਾ ਕਰਨਾ, ਪਰ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਇਸ ਕਮੇਟੀ ਉੱਤੇ ਦੁੱਕੀ ਦਾ ਭਰੋਸਾ ਨਹੀਂ। ਹੁਣ ਸੁਪਰੀਮ ਕੋਰਟ ਦੇ ਵੱਲੋਂ ਕੀ ਇਸ ਮਾਮਲੇ ਦੇ ਉੱਤੇ ਇਕਹਿਰੀ ਕਾਰਵਾਈ ਕੀਤੀ ਜਾਊਗੀ ਜਾਂ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਫਿਰ ਕਿਹਾ ਜਾਊਗਾ ਕਿ ਤੁਸੀਂ ਆਪਣਾ ਪੱਖ ਰੱਖੋ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ, ਦੇਸ਼ ਦੀ ਕਿਸੇ ਵੀ ਉਸ ਕਿਸਾਨ ਜਥੇਬੰਦੀ ਦੇ ਨਾਲ ਸੰਪਰਕ ਨਹੀਂ ਕੀਤਾ ਗਿਆ ਇਹਨਾਂ ਤਿੰਨਾਂ ਮੈਂਬਰਾਂ ਦੇ ਵੱਲੋਂ, ਤਿੰਨਾਂ ਮਾਹਰਾਂ ਦੇ ਵੱਲੋਂ ਜਿਨ੍ਹਾਂ ਨੂੰ ਕਿ ਜ਼ਿੰਮੇਵਾਰੀ ਸੌਂਪੀ ਹੈ। ਕਿਸਾਨਾਂ ਨੇ ਵੈਸੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਇਹਨਾਂ ਉੱਤੇ ਭਰੋਸਾ ਨਹੀਂ ਹੈ, ਪਰ ਉਹਨਾਂ ਦੇ ਵੱਲੋਂ ਵੀ ਕੋਈ ਖੇਚਲ ਨਹੀਂ ਕੀਤੀ ਗਈ ਅਤੇ ਜੇਕਰ ਉਹਨਾਂ ਨੇ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਮਾਹਰ ਵੀ ਸਰਕਾਰ ਪੱਖੀ ਹੈ, ਉਹ ਮਾਹਰ ਵੀ ਇਸ 3 ਮੈਂਬਰੀ ਕਮੇਟੀ ਵਰਗੇ ਹੈ ਜਾਂ ਇਹਦੇ ਵਿੱਚ ਕੋਈ ਹੋਰ ਗੱਲ ਵੀ ਹੈ, ਇਹਦੇ ਬਾਬਤ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਸੋ ਲੱਗਦਾ ਇਹ ਹੈ ਕਿ ਵਾਇਆ ਸੁਪਰੀਮ ਕੋਰਟ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨ ਅੰਦੋਲਨ ਦੇ ਮੁਤਲਕ ਇੱਕ ਮਹੱਤਵਪੂਰਨ ਫੈਸਲਾ ਆਉਂਦੇ ਦਿਨਾਂ ਦੇ ਵਿੱਚ ਲਿਆ ਜਾ ਸਕਦਾ ਹੈ। ਜਿਸ ਤਰੀਕੇ ਦੇ ਨਾਲ ਇੱਕ ਔਰਤ ਦੇ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ, ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਗਿਆ। ਇਹ ਗੱਲ ਕਹੀ ਗਈ ਹੈ ਕਿ ਸੜਕਾਂ ਖਾਲੀ ਕਰਵਾਈਆਂ ਜਾਣ, ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ। ਕਿਸਾਨਾਂ ਦੇ ਉੱਤੇ ਲਗਾਤਾਰ ਅਤਿਆਚਾਰ ਹੋਇਆ, ਉਸ ਮਾਮਲੇ ਦੇ ਉੱਤੇ ਮਾਣਯੋਗ ਅਦਾਲਤ ਦੇ ਵੱਲੋਂ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ। ਕਿਸਾਨਾਂ ਦੇ ਉੱਤੇ ਸਿਆਲ ਦੀ ਰੁੱਤ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਵੱਜੀਆਂ, ਕਿਸਾਨਾਂ ਨੂੰ ਆ ਕੇ ਗੁੰਡਿਆਂ ਬਦਮਾਸ਼ਾਂ ਨੇ ਸਮੇਂ ਸਮੇਂ 'ਤੇ ਡਰਾਇਆ, 300 ਦੇ ਕਰੀਬ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਕਿਸੇ ਮੰਤਰੀ ਦੇ ਉੱਤੇ, ਕਿਸੇ ਸੰਤਰੀ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਖਲ ਸਮੇਂ ਸਮੇਂ ਦੇ ਉੱਤੇ ਕਈ ਲੋਕਾਂ ਨੇ ਕੀਤੀਆਂ, ਉਹਨਾਂ ਦੇ ਵਿੱਚੋਂ ਕਈਆਂ ਨੂੰ ਰੱਦ ਕਰ ਦਿੱਤਾ ਗਿਆ, ਕਈਆਂ ਦੇ
ਉੱਤੇ ਸੁਣਵਾਈ ਸ਼ਾਇਦ ਹੋਣੀ ਹਾਲੇ ਬਾਕੀ ਹੈ, ਪਰ ਆਉਂਦੇ ਸਮੇਂ ਦੇ ਵਿੱਚ ਜੇਕਰ ਕਿਸਾਨ ਅੰਦੋਲਨ ਨੂੰ ਜਬਰੀ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇਕਰ ਸੜਕਾਂ ਖਾਲੀ ਕਰਾਉਣ ਦੇ ਬਹਾਨੇ ਜਾਂ ਕੋਈ ਹੋਰ ਇਹੋ ਜਿਹਾ ਨੁਕਤਾ ਚੁੱਕ ਕੇ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਕਿਸਾਨਾਂ ਨੂੰ ਇੱਥੇ ਜਾਣਾ ਹੀ ਪਊਗਾ, ਤਾਂ ਇਹ ਮਾਮਲਾ ਹੋਰ ਵੀ ਤਿੱਖਾ ਹੋ ਸਕਦਾ, ਇਹ ਮਾਮਲਾ ਹੋਰ ਵੀ ਪੱਕ ਸਕਦਾ। ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਦੇ ਵਿੱਚ ਕਿਸਾਨ ਅੰਦੋਲਨ ਕਿੰਨਾ ਪੱਕਿਆ ਹੋਇਆ ਅਤੇ ਅੱਕੇ ਹੋਏ ਕਿਸਾਨ ਆਉਂਦੇ ਸਮੇਂ ਦੇ ਵਿੱਚ ਹੋਰ ਵੱਡਾ ਸੰਘਰਸ਼ ਕਰਨ ਦੀ ਗੱਲ ਕਰ ਰਹੇ ਆ, ਅਤੇ ਜੇਕਰ ਇਹਦੇ ਵਿੱਚ ਕੋਈ ਨਾ ਕੋਈ ਹੋਰ ਗੱਲ ਆਉਂਦੀ ਆ, ਕੋਈ ਨਾ ਕੋਈ ਇਹਦੇ 'ਚ ਹੋਰ ਨੁਕਤਾ ਉਭਾਰ ਕੇ ਕਿਸਾਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਆਉਂਦੇ ਸਮੇਂ ਦੇ ਵਿੱਚ ਮਾਹੌਲ ਆ ਜਿਹੜਾ ਉਹ ਹੋਰ ਤਪ ਸਕਦਾ, ਅਤੇ ਉਸ ਤੋਂ ਬਾਅਦ ਆਉਂਦੇ ਸਮੇਂ ਦੇ ਵਿੱਚ ਰਾਜਨੀਤੀ ਕਈ ਤਰਾਣੀਆਂ ਕਰਵਟਾਂ ਲੈ ਸਕਦੀ ਹੈ, ਇਹਦੇ ਬਾਬਤ ਮਾਹਿਰਾਂ ਦੇ ਅੰਦਾਜ਼ੇ ਆ। ਲੰਘੇ ਕੱਲ੍ਹ ਲੁਧਿਆਣੇ ਦੇ ਵਿੱਚ BJP ਦੇ ਆਗੂਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ। ਇੱਥੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਸੀ, ਇੱਥੇ ਪੈਰਾਮਿਲਟਰੀ ਫੋਰਸਿਸ ਵੀ ਲਾਈਆਂ ਗਈਆਂ ਸੀ, ਪਰ ਇਹ ਵੀ ਪਤਾ ਲੱਗਾ ਜੀ ਕਿ BJP ਦੇ ਆਗੂਆਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਖੁਦ ਹੀ ਗੁੰਡਿਆਂ ਦੇ ਕੋਲੋਂ ਹਮਲੇ ਕਰਵਾ ਰਹੀ ਹੈ। BJP ਦੇ ਆਗੂਆਂ ਦੇ ਉੱਤੇ ਜਾਣ ਬੁੱਝ ਕੇ ਕੈਪਟਨ ਸਰਕਾਰ ਦੇ ਵੱਲੋਂ ਇਹ ਹੁਸ਼ੀਆਂ ਹਰਕਤਾਂ ਕਰਵਾਈਆਂ ਜਾ ਰਹੀਆਂ, ਅਤੇ ਕੈਪਟਨ ਸਰਕਾਰ ਆ ਜਿਹੜੀ ਉਹ ਸਹੀ ਤਰੀਕੇ ਦੇ ਨਾਲ BJP ਦੇ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਲੰਘੇ ਕੱਲ੍ਹ ਕਿ ਜੀ BJP ਦੇ ਆਗੂਆਂ ਨੂੰ ਵੇਲੇ ਸਿਰ ਢੁੱਕਵੀਂ ਜਗ੍ਹਾ ਦੇ ਉੱਤੇ ਸਹੀ ਤਰੀਕੇ ਨਾਲ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਵਾਪਰਨੀ ਨਹੀਂ ਚਾਹੀਦੀ, ਇੱਦਾਂ ਹੋਣਾ ਵੀ ਚਾਹੀਦਾ ਵੀ ਕਿਸੇ ਕਿਸਮ ਦੀ ਅਣਹੋਣੀ ਨਾ ਵਾਪਰੇ। ਉੱਧਰੋਂ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਅਤੇ ਸਮੁੱਚੀ BJP ਦੇ ਵੱਲੋਂ ਇਸ ਵਕਤ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਖਾਤਰ ਇਹ ਸਾਰੀਆਂ ਘਾੜਤਾਂ ਆਪੇ ਹੀ ਘੜੀਆਂ ਜਾ ਰਹੀਆਂ। BJP ਦੇ ਆਗੂ ਹੀ ਆਪਣੇ ਨੇਤਾਵਾਂ ਦੇ ਉੱਤੇ ਜਾਣ ਬੁੱਝ ਕੇ ਹਮਲੇ ਕਰ ਰਹੇ ਆ, ਜਦੋਂ ਉਹਨਾਂ ਨੂੰ ਪਤਾ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਆ ਜਿਹੜਾ ਉਹ ਭਖਿਆ ਹੋਇਆ, ਜਦੋਂ BJP ਦੇ ਆਗੂਆਂ ਨੂੰ ਪਤਾ ਜੀ ਕਿ ਕਿਸਾਨ ਇਸ ਵਕਤ ਗੁੱਸੇ ਦੇ ਵਿੱਚ ਹੈ, ਫਿਰ ਕਿਹੜੀ ਗੱਲੋਂ ਜਾਣ ਬੁੱਝ ਕੇ ਰੈਲੀਆਂ ਰੱਖੀਆਂ ਜਾ ਰਹੀਆਂ, ਕਿਹੜੀ ਗੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ, ਅਤੇ ਮੌਕਾ ਇਹਨਾਂ ਦੇ ਵੱਲੋਂ ਆਪ ਦਿੱਤਾ ਜਾ ਰਿਹਾ, ਇਸ ਕਰਕੇ ਇਹਨਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਮਾੜਾ ਚੰਗਾ ਬੋਲਣ ਤੋਂ, ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਇਸ ਵਕਤ ਲੋਕਾਂ ਦੇ ਵਿੱਚ ਵਿਚਰਨ ਤੋਂ, ਕਿਉਂਕਿ ਜੇਕਰ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਤਾਂ ਇਹ ਕਿਸੇ ਦੀ ਵੀ ਹੱਕ ਦੇ ਵਿੱਚ ਨਹੀਂ ਹੋ ਸਕਦੇ। ਇਸ ਕਰਕੇ ਅਸੀਂ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਰਿਆਦਾ ਦੇ ਵਿੱਚ ਰਹਿ ਕੇ ਵਿਰੋਧ ਕਰ ਰਹੇ ਹਾਂ, ਪਰ ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇਤਾਵਾਂ ਦੇ ਵੱਲੋਂ, ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਿਆ ਜਾ ਸਕੇ, ਕਿਸਾਨ ਇੱਥੋਂ ਭਜਾਏ ਜਾ ਸਕਣ। ਉਸ ਤੋਂ ਅਗਲੀ ਗੱਲ ਇਹ ਹੈ ਵੀ ਹਰਜੀਤ ਸਿੰਘ ਗਰੇਵਾਲ ਜਿਹੜੇ ਕਿ ਬਹੁਤ ਸਾਰਾ ਕੁਝ ਬੋਲਣ ਦੇ ਕਰਕੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਆ, ਉਹਨਾਂ ਦੇ ਬਾਬਤ ਕਿਸਾਨ ਆਗੂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਬੜੀ ਖਤਰਨਾਕ ਜਾਨੋਂ ਮਾਰਨ ਦੀ। ਇਹਦੇ ਬਾਬਤ ਹੁਣ ਪਤਾ ਲੱਗਾ ਜੀ ਕਿ ਕਿਸਾਨ ਆਗੂਆਂ ਨੇ ਕਿਹਾ ਵੀ ਅਸੀਂ ਕੋਈ ਇਹੋ ਜਿਹੀ ਧਮਕੀ ਦੇਣ ਦੀ ਗੱਲ ਨਹੀਂ ਕੀਤੀ, ਅਸੀਂ ਬਿਲਕੁਲ ਕਿਸੇ ਦੇ ਉੱਤੇ ਹਮਲਾ ਕਰਨ ਦੇ ਹੱਕ ਦੇ ਵਿੱਚ ਨਹੀਂ, ਸਾਡੇ ਉੱਤੇ ਬੇਸ਼ੱਕ 3600 ਵਾਰ ਹਮਲੇ ਹੋਏ ਆ, ਪਰ ਅਸੀਂ ਸਬਰ ਦੇ ਨਾਲ ਇਸ ਜਬਰ ਦਾ ਟਾਕਰਾ ਕੀਤਾ। ਕਿਸਾਨ ਆਗੂਆਂ ਨੇ ਗੱਲ ਕਹੀ ਹੈ ਵੀ ਭਾਵੇਂ ਹਰਜੀਤ ਗਰੇਵਾਲ ਆ, ਭਾਵੇਂ ਕੋਈ ਵੀ ਹੋਰ ਨੇਤਾ ਹੈਗਾ BJP ਦਾ, ਭਾਵੇਂ ਕਿਸੇ ਵੀ ਸੂਬੇ ਦਾ, ਉਹਨੂੰ ਤਰਕ ਦੇ ਨਾਲ ਨਿਰ ਉੱਤਰ ਕੀਤਾ ਜਾ ਸਕਦਾ, ਉਹਨੂੰ ਘੇਰ ਕੇ ਅਹਿਸਾਸ ਕਰਾਇਆ ਜਾ ਸਕਦਾ ਕਿ ਤੂੰ ਕਿਸਾਨ ਪੱਖੀ ਜੇਕਰ ਨਹੀਂ ਤਾਂ ਕਿਹੜੀ ਕਿਹੜੀ ਥਾਂ ਦੇ ਉੱਤੇ ਗਲਤ ਆ, ਉਹਨੂੰ ਇਹ ਦੱਸਿਆ ਜਾ ਸਕਦਾ ਕਿ ਤੁਹਾਡੇ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨ ਕਿਵੇਂ ਲਾਹੇਵੰਦ ਆ ਦੱਸੋ ਸਾਨੂੰ, ਪਰ ਅਸੀਂ ਜੇਕਰ ਕਹਿ ਗਏ ਵੀ ਕਿਸੇ ਨੂੰ ਕੁੱਟੋ, ਕਿਸੇ ਨੂੰ ਜਾਨੋਂ ਮਾਰ ਦਿਓ, ਕਿਸੇ ਨੂੰ ਨੰਗਾ ਕਰੋ, ਕਿਸੇ ਦੇ ਨਾਲ ਬਦਸਲੂਕੀ ਕਰੋ, ਇਹ ਗੱਲ ਬਿਲਕੁਲ ਗੈਰ ਵਾਜਬ ਹੈ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਮਲਜੀਤ ਨੇ ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਇੱਕ ਗੈਰ ਜ਼ਿੰਮੇਦਾਰਾਨਾ ਬਿਆਨ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ। ਪਿਛਲੇ ਦਿਨੀ ਮਲੋਟ ਦੇ ਵਿੱਚ ਭਾਜਪਾ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਤੋਂ ਬਾਅਦ ਇੱਕ ਰੈਲੀ ਦੌਰਾਨ ਕਿਸਾਨ ਆਗੂ ਬਚਿੱਤਰ ਸਿੰਘ ਦਾ ਬਿਆਨ ਸਾਹਮਣੇ ਆਇਆ ਸੀ ਜਿਹਦੇ ਵਿੱਚ ਉਹ ਹਰਜੀਤ ਗਰੇਵਾਲ ਨੂੰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਸਨ। ਕਿਸਾਨ ਆਗੂ ਕਮਲਜੀਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਇਹੋ ਜਿਹੀ ਕੋਈ ਵੀ ਕੌਲ ਨਹੀਂ ਦਿੱਤੀ ਕਿ ਕਿਸੇ ਦੀ ਕੁੱਟਮਾਰ ਕਰਨੀ ਹੈ। ਉਹਨਾਂ ਕਿਹਾ ਕਿ ਮਲੋਟ ਦੀ ਘਟਨਾ ਦੇ ਉੱਤੇ ਵੀ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸਪਸ਼ਟ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮਲੋਟ ਵਿੱਚ ਵਾਪਰੀ ਘਟਨਾ ਦੀ ਨਿੰਦਿਆ ਕੀਤੀ ਹੈ। ਕਿਸਾਨ ਆਗੂ ਕਮਲਜੀਤ ਨੇ ਕਿਸਾਨਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਵਾਸਤੇ ਕਿਹਾ। ਉਹਨਾਂ ਨੇ ਕਿਹਾ ਕਿ ਇੱਦਾਂ ਦੀਆਂ ਟਿੱਪਣੀਆਂ ਕਰਨ ਦੇ ਨਾਲ ਭਾਜਪਾ ਨੂੰ ਮੋਰਚਾ ਬਦਨਾਮ ਕਰਨ ਦਾ ਮੌਕਾ ਮਿਲਣਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਿਸਾਨ ਸੰਘਰਸ਼ ਸ਼ਾਂਤਮਈ ਹੈ ਅਤੇ ਜਿੰਨੀ ਵਾਰ ਅਨੁਸ਼ਾਸਨ ਟੁੱਟਿਆ ਉਨੀ ਵਾਰ ਹੀ ਸੰਘਰਸ਼ ਦਾ ਨੁਕਸਾਨ ਹੋਇਆ। ਸੋ ਇਸ ਕਰਕੇ ਤੱਤੇ ਅਤੇ ਭੜਕੀਲੇ ਬਿਆਨ ਦੇਣ ਤੋਂ ਬਚਣ ਦੀ ਬੇਹੱਦ ਜ਼ਰੂਰਤ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ BJP ਦੇ ਕੁਝ ਕੁ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਅਰੁਣ ਨਾਰੰਗ BJP ਦੇ ਵਿਧਾਇਕ ਦੇ ਉੱਤੇ ਹਮਲਾ ਕੀਤਾ ਉਹ ਗੁੰਡੇ ਆ, ਉਹ ਕਿਸਾਨ ਨਹੀਂ। ਕੁਝ ਇੱਕ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ।
पर अश्विनी शर्मा होरां दे वल्लों ये गल कही जा रही है कि वह किसान सन जां बदमाश सन जां कांग्रसी वर्कर सन, इहदे बाबत असीं कुछ नहीं कह सकते गे, पर सानू इह ना पता कि पंजाब दे विच अराजकता फैली हुई है। इस वक्त बीजेपी के वर्करां ने उत्ते जाणबुझ के हमले करवाए जा रहे हैं ते पंजाब की कांग्रेस है जिहड़ी निकम्मी साबित हो रही है। पर मेरे मन दे विच इक सवाल आउंदा भी जिहड़े भी नेता यह गल आखदे जी कि तां गुंडे आ, इह तां राजनीतिक लोकां दे वल्लों पाले गए गुंडे आ, इह जाणबुझ के हमले कर रहे आ, जेकर वह गुंडे आ ਤਾਂ ਫਿਰ ਕਿਸਾਨਾਂ ਦੇ ਉੱਤੇ ਪਰਚੇ ਕਿਹੜੀ ਗੱਲੋਂ ਦਰਜ ਕੀਤੇ ਗਏ ਆ? ਫਿਰ ਗੁੰਡਿਆਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ? ਅਤੇ ਜੇਕਰ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰਕੇ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਇਹ ਗੁੰਡੇ ਆ, ਤਾਂ ਫਿਰ ਸਾਫ਼ ਅਤੇ ਸਪਸ਼ਟ ਗੱਲ ਕਰਨੀ ਚਾਹੀਦੀ ਹੈ। ਇਸ ਕਰਕੇ ਵਿੱਚ ਵਿਚਾਲੇ ਦਾ ਜਿਹੜਾ ਮਾਮਲਾ ਉਹ ਖਾਲੀ ਛੱਡਿਆ ਜਾ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਹਾਲਾਂਕਿ ਅਸੀਂ ਨਿਖੇਧੀ ਕਰਦੇ ਹਾਂ ਇੱਦਾਂ ਕਿਸੇ ਵੀ ਨੇਤਾ ਦੇ ਉੱਤੇ ਕਿਸੇ ਵੀ ਵਿਅਕਤੀ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ, ਪਰ ਜੇਕਰ ਅਸੀਂ ਹੁਣ ਨਿਖੇਧੀ ਕਰਦੇ ਹਾਂ, ਅਸੀਂ ਉਦੋਂ ਵੀ ਨਿਖੇਧੀ ਕਰਦੇ ਸੀ ਜਦੋਂ ਕਿ ਸ਼ਾਂਤਮਈ ਤਰੀਕੇ ਨਾਲ ਬੈਠੇ ਲੋਕਾਂ ਦੇ ਉੱਤੇ ਆ ਕੇ ਹਮਲਾ ਕਰ ਦਿੰਦੇ ਸੀਗੇ ਬੀਜੇਪੀ ਦੇ ਪੱਖ ਵਾਲੇ ਕੁਝ ਕੁ ਲੋਕ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ। ਜਦੋਂ ਪਾਣੀ ਦੀਆਂ ਪਛਾੜਾਂ ਵੱਜਦੀਆਂ ਸੀ ਕਿਸਾਨਾਂ ਦੇ ਉੱਤੇ, ਅਸੀਂ ਉਦੋਂ ਵੀ ਨਿਖੇਧੀ ਕਰਦੇ ਸੀ। ਜਦੋਂ ਹਰ ਰੋਜ਼ ਲਾਸ਼ਾਂ ਆ ਰਹੀਆਂ ਪੰਜਾਬ ਨੂੰ, ਅਸੀਂ ਉਦੋਂ ਵੀ ਨਿਖੇਧੀ ਕਰਦੇ ਕੇਂਦਰ ਦੀ ਸਰਕਾਰ ਦੀ, ਪਰ ਕੇਂਦਰ ਦੀ ਸਰਕਾਰ ਦੇ ਉੱਤੇ ਇਸ ਗੱਲ ਦਾ ਅਸਰ ਕੋਈ ਨਹੀਂ ਹੋ ਰਿਹਾ। ਸੋ ਆਉਂਦੇ ਸਮੇਂ ਦੇ ਵਿੱਚ ਕਿਸੇ ਵੀ ਨੇਤਾ ਨੂੰ ਜਾਨੋਂ ਮਾਰਨ ਦੀ ਜਾਂ ਕੋਈ ਵੀ ਹੋਰ ਇਹੋ ਜਿਹੀ ਗੱਲ ਕਰਨ ਦੀ ਲੋੜ ਨਹੀਂ ਗੀ, ਕਿਉਂਕਿ ਇਸ ਵਕਤ ਜੇਕਰ ਅਸੀਂ ਕਿਸੇ ਵੀ ਨੇਤਾ ਦੇ ਖਿਲਾਫ਼ ਬੋਲਦੇ ਹਾਂ, ਬੋਲਣਾ ਵੀ ਨਹੀਂ, ਕੁਝ ਮਾੜਾ ਕਰਨਾ ਵੀ ਨਹੀਂ, ਹਾਂ ਸਾਡੇ ਸਵਾਲ ਇੰਨੇ ਤਾਕਤਵਰ ਹੋਣੇ ਚਾਹੀਦੇ ਆ ਕਿ ਬੇਸ਼ੱਕ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਉਹ ਨਿਰ ਉੱਤਰ ਹੋ ਜਾਵੇ, ਉਹਨੂੰ ਸੁੱਝੇ ਨਾ ਕਿ ਮੈਂ ਹੁਣ ਅਗਲਾ ਉੱਤਰ ਕੀ ਦੇਵਾਂ। ਇਹ ਸਾਰਾ ਕੁਝ ਅਸੀਂ ਤਾਂ ਕਰ ਸਕਾਂਗੇ ਜੇਕਰ ਅਸੀਂ ਪੜ੍ਹੇ ਬਹੁਤ ਹੋਵਾਂਗੇ, ਜੇਕਰ ਸਾਨੂੰ ਸਮੁੱਚੀ ਸਮਝ ਹੋਊਗੀ। ਸੋ ਇਸ ਕਰਕੇ ਸਾਨੂੰ ਇਹਨਾਂ ਕਾਨੂੰਨਾਂ ਵਿਚਲੀਆਂ ਜਿਹੜੀਆਂ ਉਹ ਚੋਰ ਮੋਰੀਆਂ ਉਹ ਲੱਭ ਕੇ ਅਤੇ ਨੇਤਾਵਾਂ ਨੂੰ ਘੇਰਨ ਦੇ ਲਈ ਇਕਜੁੱਟ ਹੋਣਾ ਚਾਹੀਦਾ, ਨਾ ਕਿ ਅਸੀਂ ਫਲਾਣੇ ਨੇਤਾ ਦੇ ਨਾਲ ਐਂ ਕਰਾਂਗੇ, ਅਸੀਂ ਉਹਨੂੰ ਮਾਰ ਦਿਆਂਗੇ, ਅਸੀਂ ਉਹਨੂੰ ਖਤਮ ਕਰ ਦਿਆਂਗੇ। ਇੱਦਾਂ ਦੀਆਂ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਤਾਂ ਭਾਵੇਂ ਉਹ ਹਰਜੀਤ ਸਿੰਘ ਗਰੇਵਾਲ ਹੋਰੀ ਹੋਣ, ਭਾਵੇਂ ਕੋਈ ਵੀ ਹੋਰ ਨੇਤਾ ਹੋਵੇ, ਉਹਨੂੰ ਕਿਸਾਨਾਂ ਦੇ ਖਿਲਾਫ਼ ਬੋਲਣ ਦਾ ਇੱਕ ਮੌਕਾ ਮਿਲ ਜਾਂਦਾ। ਆਪਾਂ ਇਹ ਵੀ ਜਾਣਦੇ ਹਾਂ ਕਿ ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬ ਦੇ ਬਹੁਤ ਸਾਰੇ ਬੀਜੇਪੀ ਨੇਤਾਵਾਂ ਨੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਨਕਸਲਵਾਦੀ, ਕਦੇ ਕੁਝ, ਕਦੇ ਕੁਝ, ਕਦੇ ਕੁਝ ਕਿਹਾ, ਪਰ ਇਸ ਵਕਤ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਕਰਕੇ ਮੌਕਾ ਹੋਰ ਵੱਧ ਉਹਨਾਂ ਨੂੰ ਮਿਲੇ। ਸੋ ਇਸ ਕਰਕੇ ਇਸ ਵਕਤ ਸਮੂਹਕ ਤੌਰ ਦੇ ਉੱਤੇ ਕਾਨੂੰਨਾਂ ਦੇ ਮਾਮਲੇ ਦੇ ਉੱਤੇ, MSP ਦੇ ਮਾਮਲੇ ਦੇ ਉੱਤੇ, ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਉੱਤੇ ਘੇਰਨਾ ਚਾਹੀਦਾ, ਨਾ ਕਿ ਕਿਸੇ ਦੀ ਜਾਨ ਨੂੰ ਜ਼ੁਖਮ ਪੈਦਾ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰਾਤ ਦੇ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ। ਪਹਿਲਾਂ ਇਹ 31 ਮਾਰਚ ਤੱਕ ਸੀ, ਪਰ ਹੁਣ ਜਦੋਂ ਪੰਜਾਬ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ, ਤਾਂ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 10 ਅਪ੍ਰੈਲ ਤੱਕ ਕਰਫਿਊ ਦੇ ਸਮੇਂ ਦੇ ਵਿੱਚ ਵਾਧਾ ਕਰ ਦਿੱਤਾ। ਨਾਭੇ ਦੀ ਜੇਲ੍ਹ ਦੇ ਵਿੱਚੋਂ ਲਗਭਗ 37 ਔਰਤਾਂ ਜਿਹੜੀਆਂ ਨਜ਼ਰਬੰਦ ਕੀਤੀਆਂ ਹੋਈਆਂ ਸੀ ਉਹ ਕੋਰੋਨਾ ਪੋਜ਼ੀਟਿਵ ਮਿਲੀਆਂ। ਇਸ ਤੋਂ ਪਹਿਲਾਂ ਵੀ 7-8 ਔਰਤਾਂ ਜੇਲ੍ਹ ਦੇ ਵਿੱਚੋਂ ਕੋਰੋਨਾ ਪੋਜ਼ੀਟਿਵ ਮਿਲੀਆਂ ਸੀ। ਪਤਾ ਲੱਗਾ ਕਿ ਉਹਨਾਂ ਔਰਤਾਂ ਨੂੰ ਮਲੇਰਕੋਟਲੇ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜੇਲ੍ਹਾਂ ਦੇ ਵਿੱਚ ਇੱਕਦਮ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਵਰਤਾਰੇ ਵਾਲੀ ਗੱਲ ਹੈ, ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਮਰੱਥਾ ਤੋਂ ਵੱਧ ਕੈਦੀ ਬੰਦ ਹੈ, ਅਤੇ ਜੇਕਰ ਇੱਕ ਕੈਦੀ ਨੂੰ ਇਹ ਕੁਝ ਹੁੰਦਾ ਤਾਂ ਫਿਰ ਕਈਆਂ ਨੂੰ ਹੋਰਨਾਂ ਨੂੰ ਵੀ ਲੱਗ ਲੱਗ ਸਕਦੀ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ, ਅਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਉਹ ਚਿੰਤਾਜਨਕ ਹੈ। ਰਵਨੀਤ ਸਿੰਘ ਬਿੱਟੂ ਜਿਹੜੇ ਕਿ ਸੰਸਦ ਮੈਂਬਰ ਲੁਧਿਆਣੇ ਤੋਂ ਕਾਂਗਰਸ ਦੇ, ਉਹ ਵੀ ਕੋਰੋਨਾ ਪੋਜ਼ੀਟਿਵ ਆਏ ਆ, ਅਤੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਕਦੇ ਕੋਈ ਅਧਿਕਾਰੀ, ਕਦੇ ਕੋਈ ਮੰਤਰੀ, ਕਦੇ ਕੋਈ ਅਧਿਆਪਕ, ਕਦੇ ਵਿਦਿਆਰਥੀ ਇਸ ਤਰੀਕੇ ਨਾਲ ਕੋਰੋਨਾ ਪੋਜ਼ੀਟਿਵ ਆ ਰਹੇ ਆ। ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਲੋਕਾਂ ਦੀ ਵੱਖੋ ਵੱਖਰੀ ਰਾਏ ਹੈਗੀ ਆ, ਪਰ ਪਹਿਲਾਂ ਇਸ ਖਬਰ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕੈਪਟਨ ਸਰਕਾਰ ਦੇ ਵੱਲੋਂ ਕਿਹੜੇ ਕਿਹੜੇ ਨਵੇਂ ਨਿਯਮ ਐਲਾਨੇ ਗਏ ਆ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ UK ਸਟ੍ਰੇਨ ਦੇ ਜ਼ਿਆਦਾ ਪਾਏ ਜਾਣ ਨਾਲ ਕੋਵਿਡ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੇ ਵਿੱਚ ਵਾਧੇ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਕੋਵਿਡ ਕਰਕੇ ਲਾਈਆਂ ਬੰਦਿਸ਼ਾਂ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਆਧਾਰ ਦੇ ਉੱਤੇ ਨਿਸ਼ਾਨਾ ਬਣਾਉਣ ਦੇ ਲਈ ਟੀਕਾਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਹੁਕਮ ਕੀਤੇ ਗਏ ਨੇ। ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਬੰਦਿਸ਼ਾਂ 31 ਮਾਰਚ ਤੱਕ ਲਾਈਆਂ ਗਈਆਂ ਸਨ ਉਹ ਸਾਰੀਆਂ 10 ਅਪ੍ਰੈਲ ਤੱਕ ਵਧਾ ਦਿੱਤੀਆਂ ਗਈਆਂ ਨੇ ਅਤੇ ਇਸ ਤੋਂ ਬਾਅਦ ਅਗਲੀ ਸਮੀਖਿਆ ਕੀਤੀ ਜਾਵੇਗੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ ਮਹਾਮਾਰੀ ਦੇ ਤਾਜ਼ਾ ਹਾਲਾਤ ਅਤੇ ਯੋਗ ਵਰਗ ਦੇ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਵੀ ਸਾਂਝੀ ਕੀਤੀ ਹੈ। ਮੀਟਿੰਗ ਦੇ ਵਿੱਚ CMC ਲੁਧਿਆਣਾ ਵੱਲੋਂ ਪੇਸ਼ ਕੀਤੇ ਗਏ ਰੁਝਾਨ ਦੱਸਦਿਆਂ ਇਹ ਸੂਚਨਾ ਦਿੱਤੀ ਗਈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਪੋਜ਼ੀਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ। ਵੱਧਦੇ ਕੇਸਾਂ ਸੰਬੰਧੀ ਇਸ ਰੁਝਾਨ ਨਾਲ 6 ਅਪ੍ਰੈਲ ਨੂੰ ਕੋਰੋਨਾ ਸਿਖਰ ਦੇ ਉੱਤੇ ਹੋਵੇਗਾ। ਅਨੁਮਾਨਾਂ ਮੁਤਾਬਕ ਮਈ 2021 ਦੇ ਅੱਧ ਜਾਂ ਅਖੀਰ ਦੇ ਵਿੱਚ
ਵਿੱਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ। ਇਹ ਵੀ ਗੱਲ ਕਹੀ ਗਈ ਹੈ ਕਿ ਜਲੰਧਰ, ਲੁਧਿਆਣਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵਿੱਚ ਹੋਰ ਕੇਸਾਂ ਦੇ ਆਉਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਦੇ ਨੌਜਵਾਨਾਂ ਵਿੱਚ ਇਹ ਕੇਸ ਸਭ ਤੋਂ ਵੱਧ ਪਾਏ ਜਾਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ ਵੇਲਾ ਰਹਿੰਦਿਆਂ ਅਸੀਂ ਇਕੱਠਾਂ ਦੇ ਉੱਤੇ ਰੋਕਥਾਮ ਕੀਤੀ ਹੁੰਦੀ, ਰੋਕ ਲਾਈ ਹੁੰਦੀ, ਤਾਂ ਸ਼ਾਇਦ ਅੱਜ ਵਾਲੇ ਹਾਲਾਤ ਪੈਦਾ ਨਾ ਹੁੰਦੇ। ਪਰ ਕਿਉਂਕਿ ਅਸੀਂ ਪੈਰ ਦੇ ਉੱਤੇ ਅੰਗੀਠੀ ਬਾਲ ਕੇ ਸੇਕਣ ਦੇ ਆਦੀ ਹਾਂ, ਹੁਣ ਅਸੀਂ ਬਹੁਤ ਕੁਝ ਕਰ ਰਹੇ ਹਾਂ, ਆਹ ਵੀ ਉਪਰਾਲਾ ਕਰ ਲਈਏ, ਆਹ ਵੀ ਉਪਰਾਲਾ ਕਰ ਲਈਏ, ਪਰ ਇਕੱਠ ਭਾਵੇਂ ਧਾਰਮਿਕ ਥਾਵਾਂ 'ਤੇ ਆ, ਭਾਵੇਂ ਰਾਜਨੀਤਿਕ ਇਕੱਠ ਹੈ, ਭਾਵੇਂ ਇਸ ਵਕਤ ਰੇਲਵੇ ਸਟੇਸ਼ਨਾਂ 'ਤੇ ਆ, ਭਾਵੇਂ ਬੱਸ ਅੱਡਿਆਂ 'ਚ ਆ, ਭਾਵੇਂ ਬਾਜ਼ਾਰਾਂ ਦੇ ਵਿੱਚ ਆ, ਉਹ ਬਿਲਕੁਲ ਲਗਾਤਾਰ ਜਾਰੀ ਆ। ਇਹ ਕਮਾਲ ਦੀ ਗੱਲ ਆ, ਪੰਜਾਬ ਦੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਆ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਆ, ਵੀ ਜਿਵੇਂ ਸਾਰੇ ਦਾ ਸਾਰਾ ਕਰੋਨਾ ਸਕੂਲਾਂ, ਕਾਲਜਾਂ ਦੇ ਵਿੱਚ ਹੀ ਪੜ੍ਹਨ ਜਾਊਗਾ, ਇੱਦਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ। ਉੱਧਰੋਂ ਇਹ ਵੀ ਗੱਲ ਦੱਸਣੀ ਬਣਦੀ ਆ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਜਿਹੜੀ ਉਧਵ ਠਾਕਰੇ ਦੀ ਹੈ, ਉਹਨੇ ਲੋਕਡਾਊਨ ਕਰਨ ਦੀ ਫਿਰ ਤਿਆਰੀ ਕਰ ਲਈ ਹੈ। ਇੱਕ ਇੱਕ ਦਿਨ ਦੇ ਵਿੱਚ 40-40, 45-45 ਹਜ਼ਾਰ ਕੇਸ ਉੱਥੇ ਆ ਰਿਹਾ, ਲਗਾਤਾਰ ਸੈਂਕੜੇ ਲੋਕਾਂ ਦੀ ਉੱਥੇ ਮੌਤ ਹੋ ਰਹੀ ਹੈ, ਜਿਹਦੇ ਕਰਕੇ ਉਧਵ ਠਾਕਰੇ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ ਕੁਝ ਕੁ ਦਿਨਾਂ ਦੇ ਵਿੱਚ ਜਾਂ ਕੁਝ ਕੁ ਘੰਟਿਆਂ ਦੇ ਵਿੱਚ ਇੱਥੇ ਮੁਕੰਮਲ ਲੋਕਡਾਊਨ ਕੀਤਾ ਜਾ ਸਕਦਾ, ਕਿਉਂਕਿ ਧਾਰਾ 144 ਲਾਗੂ ਕਰਨ ਦੇ ਨਾਲ ਜਾਂ ਕਰਫਿਊ ਰਾਤ ਦੇ ਸਮੇਂ ਲਾਗੂ ਕਰਨ ਦੇ ਨਾਲ ਕੋਈ ਕੇਸਾਂ ਦੇ ਵਿੱਚ ਕਟੌਤੀ ਨਹੀਂ ਹੋ ਰਹੀ, ਗਿਣਤੀ ਦੇ ਵਿੱਚ ਕੋਈ ਰੋਕਥਾਮ ਨਹੀਂ ਹੋ ਰਹੀ, ਇਸ ਕਰਕੇ ਮੁਕੰਮਲ ਲੋਕਡਾਊਨ ਲਾਉਣ ਦੀ ਉੱਥੇ ਤਿਆਰੀ ਕੀਤੀ ਜਾ ਚੁੱਕੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।